ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਮਾਰਟ ਪੰਜਾਬੀ, ਜਿੱਥੇ ਕਰਨ ਔਜਲਾ ਤੇ ਗਿੱਪੀ ਗਰੇਵਾਲ ਦੇ ਗਾਣੇ ਆਸਕ ਦੈਮ ਦੀ ਸਾਰਿਆਂ ਨੂੰ ਹੀ ਬੇਸਬਰੀ ਨਾਲ ਉਡੀਕ ਆ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਤੇ ਕਰਨ ਔਜਲਾ ਕੱਲ ਆਪਣੇ ਇੰਸਟਾਗ੍ਰਾਮ ਤੇ ਲਾਈਵ ਆਏ ਸੀ। ਉਸ ਲਾਈਵ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਗਾਣੇ ਦੇ ਪ੍ਰੀਮੀਅਮ ਉੱਤੇ 5 ਲੱਖ ਕਮੈਂਟ ਕਰਦੇ ਆ ਤਾਂ ਅਸੀਂ ਗਾਣਾ ਰਿਲੀਜ਼ ਕਰ ਦਾਂਗੇ। ਉਸ ਦੇ ਚੱਲਦੇ ਹੀ ਦੋਸਤੋ ਕਰਨ ਔਜਲਾ ਤੇ ਗਿੱਪੀ ਗਰੇਵਾਲ ਨੇ ਇੱਕ ਵੱਡਾ ਰਿਕਾਰਡ ਬਣਾ ਮਾਰਿਆ, ਜਿਸ ਦੇ ਨਾਲ ਕਿ ਵਿਰੋਧੀਆਂ ਦੇ ਵੀ ਮਿਰਚਾਂ ਲੱਗਣਗੀਆਂ। ਦੋਸਤੋ ਤਕਰੀਬਨ 20 ਘੰਟਿਆਂ ਵਿੱਚ ਉਸ ਪ੍ਰੀਮੀਅਮ ਉੱਤੇ 5 ਲੱਖ ਤੋਂ ਜ਼ਿਆਦਾ ਕਮੈਂਟਸ ਹੋ ਚੁੱਕੇ ਨੇ। ਜੀ ਹਾਂ ਦੋਸਤੋ, ਸਿਰਫ 20 ਘੰਟਿਆਂ ਵਿੱਚ ਉਸ ਗਾਣੇ ਦੇ ਪ੍ਰੀਮੀਅਮ ਉੱਤੇ 5 ਲੱਖ ਤੋਂ ਜ਼ਿਆਦਾ ਕਮੈਂਟਸ ਹੋ ਚੁੱਕੇ ਨੇ। ਦੋਸਤੋ ਇਹ ਸਭ ਦੇਖਣ ਤੋਂ ਬਾਅਦ ਲੱਗ ਰਿਹਾ ਕਿ ਇਹ ਗਾਣਾ ਵੱਡੇ ਵੱਡੇ ਰਿਕਾਰਡ ਤੋੜੂਗਾ, ਇੱਕ ਵੱਡਾ ਰਿਕਾਰਡ ਸੈੱਟ ਕਰੂਗਾ ਜਿਸ ਨੂੰ ਤੋੜਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋਊਗਾ। ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਗਾਣੇ ਦੇ ਨਾਲ ਇੱਕ ਵੱਡਾ ਰਿਕਾਰਡ ਬਣੂਗਾ ਤੇ ਨਾਲ ਹੀ ਤੁਹਾਨੂੰ ਇਸ ਗਾਣੇ ਦੀ ਕਿੰਨੀ ਕੁ ਵੇਟ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਦੋਸਤੋ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਉਹਨਾਂ ਚਿਰ ਲਈ ਦੇਖਦੇ ਰਹੋ ਸਮਾਰਟ ਪੰਜਾਬੀ।